ਕਦੀ ਕਿਸੇ ਸੋਚਿਆ ਵੀ ਨਹੀਂ ਸੀ ਕਿ ਪਾਕਿਸਤਾਨ ਦੇ ਵਿੱਚ ਕਬੱਡੀ ਦੀ ਲੀਗ ਵੀ ਹੋਏਗੀ, ਮਗਰ ਪਾਕਿਸਤਾਨ ਸੁਪਰ ਲੀਗ ਤੋਂ ਬਾਅਦ ਅਗਰ ਕੋਈ ਪਾਕਿਸਤਾਨ 'ਚ ਲੀਗ ਹੋ ਰਹੀ ਹੈ ਔਰ ਬਹੁਤ ਹੀ ਕਾਮਯਾਬ ਔਰ ਸੋਹਣੇ ਤਰੀਕੇ ਨਾਲ ਹੋ ਰਹੀ ਹੈ ਤਾਂ ਉਹ ਵੇ ਸੁਪਰ ਕਬੱਡੀ ਸੁਪਰ ਲੀਗ ਪਾਕਿਸਤਾਨ, ਔਰ ਇਹਦਾ ਕ੍ਰੈਡਿਟ ਅਲੀ ਦਾਊਦ ਸਾਹਿਬ ਨੂੰ ਜਾਂਦਾ। ਉਹਨਾਂ ਕੋਲ ਪੁੱਛਣੇ ਆ, ਅਲੀ ਦਾਊਦ ਸਾਹਿਬ ਤੁਹਾਨੂੰ ਕੀ ਮੋਟੀਵੇਸ਼ਨ ਆਈ, ਤੁਸੀਂ ਕੋਈ ਹੋਰ ਗੇਮ ਪਕੜਦੇ, ਕ੍ਰਿਕਟ ਦੀ ਕਰਾਉਂਦੇ, ਇਹ ਕਬੱਡੀ ਦਾ ਤੁਹਾਨੂੰ ਕਿੱਥੋਂ ਆ ਗਿਆ ਚਸਕਾ? ਕਬੱਡੀ ਬੇਸਿਕਲੀ ਜੀ ਪਾਕਿਸਤਾਨ ਕੇ ਦਿਲੋਂ ਮੈਂ ਬਸਤੀ ਹੈ। ਇਹ ਐਸੀ ਖੇਲ ਹੈ ਜੋ ਕਿ ਗਲੀ ਗਲੀ ਕੂਚੇ ਕੂਚੇ ਔਰ ਖਲਿਆਨੋਂ ਮੈਂ ਖੇਲੀ ਜਾਤੀ ਹੈ। ਇਹ ਵਾਹਿਦ ਗੇਮ ਹੈ ਪਾਕਿਸਤਾਨ ਕੀ ਜਿਸਨੇ ਜਬ ਸੇ ਪਾਕਿਸਤਾਨ ਕਾ ਕਿਆਮ ਅਮਲ ਮੈਂ ਆਇਆ ਹੈ, ਇਸਨੇ ਮੈਡਲ ਟੇਬਲ ਪੇ ਇੰਟਰਨੈਸ਼ਨਲੀ ਪਾਕਿਸਤਾਨ ਕੋ ਰੱਖਾ ਹੈ। ਔਰ ਇਹ ਬਹੁਤ ਕਮ ਲੋਕ ਜਾਣਤੇ ਹੈ ਕਿ ਇਹ ਸਕੋਸ਼, ਹਾਕੀ, ਫੁੱਟਬਾਲ, ਕ੍ਰਿਕਟ ਸੇ ਬੜੀ ਗੇਮ ਹੈ ਪਾਕਿਸਤਾਨ ਕੇ ਲੀਏ ਵੀ ਔਰ ਦੁਨੀਆ ਭਰ ਮੈਂ ਵੀ। ਕ੍ਰਿਕਟ ਕੀ ਟੈਸਟ ਪਲੇਇੰਗ ਨੇਸ਼ਨਸ 12 ਹੈ ਅਭੀ, ਇਤਨਾ ਅਰਸੇ ਕੇ ਬਾਅਦ ਵੀ ਕਬੱਡੀ ਕੀ ਨੈਸ਼ਨਲ ਟੀਮਸ ਜੋ ਹੈ ਵੋ 40 ਸੇ ਜ਼ਿਆਦਾ ਮਮਾਲਿਕ ਕੀ ਹੈ। ਏਸ਼ੀਅਨ ਗੇਮਸ ਮੈਂ ਇਹ 1992 ਸੇ ਹੈ ਔਰ ਇਸ ਕੇ ਲੀਏ ਓਲੰਪਿਕਸ ਕੀ ਤਰਫ ਤੇਜ਼ੀ ਸੇ ਇਸਕਾ ਸਫ਼ਰ ਜਾ ਰਹੀ ਹੈ, ਤੋ ਇਤਨੀ ਬੜੀ ਇਹ ਗੇਮ ਹੈ ਔਰ ਪਾਕਿਸਤਾਨ ਉਸਮੇ ਇੱਕ ਪਾਵਰ ਹਾਊਸ ਕਾ ਦਰਜਾ ਰੱਖਤਾ ਹੈ। ਤੋ ਇਸ ਲੀਗ ਕੇ ਜ਼ਰੀਏ ਨਾ ਸਿਰਫ ਕਬੱਡੀ ਕੋ ਰੋਸ਼ਨਾਸ ਕਰਾਇਆ ਜਾ ਰਿਹਾ ਦੁਨੀਆ ਭਰ ਮੈਂ, ਟੌਪ ਟੈਲੈਂਟ ਦੁਨੀਆ ਕਾ ਆ ਰਿਹਾ, ਬਲਕਿ ਦੁਨੀਆ ਕੋ ਬਤਾਇਆ ਜਾ ਰਿਹਾ ਕਿ ਪਾਕਿਸਤਾਨ ਆਲਰੇਡੀ ਇੱਕ ਚੀਜ਼ ਕਾ ਚੈਂਪੀਅਨ ਹੈ। ਮੈਂ ਅਗਲਾ ਸਵਾਲ ਪੰਜਾਬੀ 'ਚ ਕਰਾਂ ਜਾਂ ਉਰਦੂ 'ਚ ਕਰਾਂ? ਮੇਰੇ ਖਿਆਲ 'ਚ ਉਰਦੂ 'ਚ ਕਰ ਲਓ ਤਾਂ ਬਿਹਤਰ ਹੋ ਗਿਆ। ਠੀਕ ਹੈ, ਦੂਜਾ ਮੇਰਾ ਨਾਂ ਹੈਦਰ ਅਲੀ ਦਾਊਦ ਹੈ। ਅੱਛਾ, ਹੈਦਰ ਅਲੀ ਦਾਊਦ ਸਾਹਿਬ, ਥੋੜ੍ਹਾ ਜਿਹਾ ਪੰਜਾਬੀ 'ਚ ਕਿਉਂਕਿ ਲੋਕ ਮੇਰੀ ਪਾਕਿਸਤਾਨ ਤੋਂ ਪਾਰ ਬਹੁਤ ਜ਼ਿਆਦਾ ਮੇਰਾ ਚੈਨਲ ਵੇਖਿਆ ਜਾਂਦਾ ਹੈ। ਓਕੇ, ਇਹ ਜਿਸ ਤਰ੍ਹਾਂ ਪਾਕਿਸਤਾਨ ਸੁਪਰ ਲੀਗ ਨੇ ਟੀਮਾਂ ਨਾਲ 10 ਸਾਲ ਦਾ ਕੰਟਰੈਕਟ ਕੀਤਾ, ਤੁਸੀਂ ਆਪਣੀ ਟੀਮਾਂ ਨਾਲ ਜਿਹੜੀਆਂ 8 ਟੀਮਾਂ ਦੇ ਵਿੱਚ ਨੇ ਕਿੰਨੇ ਸਾਲ ਦਾ ਕੰਟਰੈਕਟ ਕੀਤਾ? ਜੀ ਬੇਸਿਕਲੀ ਇਹ ਮੌਜਦਾ 10 ਸਾਲਾਂ ਦਾ ਹੀ ਹੈ, ਲੇਕਿਨ ਇਹਨਾਂ ਦੇ ਅੰਦਰ ਐਗਜ਼ਿਟ ਕਲੋਜ਼ ਜਿਹੜੀ ਹੁੰਦੀ ਹੈ ਉਹ 2 ਸਾਲਾਂ ਬਾਅਦ ਹੈ। ਉਹਦਾ ਮੀਨਿੰਗ ਇਹ ਹੈ ਕਿ ਅਗਰ ਇਹ ਚਾਹੁੰਦੇ ਨੇ ਕਿ ਅੱਗੇ ਕਿਸੇ ਹੋਰ ਪਾਰਟਨਰ ਨੂੰ ਲਈਏ ਜਾਂ ਅੱਗੇ ਵੇਚ ਕੇ ਅੱਗੇ ਚਲੀਏ ਤਾਂ ਉਹ 2 ਸਾਲ ਦੇ ਬਾਅਦ ਮੁਮਕਿਨ ਹੈ। ਲੇਕਿਨ ਜੇ ਅਸਲ ਚੀਜ਼ ਜਿਹੜੀ ਹੈ ਕਿ ਲੌਂਗ ਟਰਮ ਇਸ ਗੇਮ ਦੀ ਪਜ਼ੀਰਾਈ ਲਈ ਜੇ ਓਨਰ ਸਾਹਮਣੇ ਆਏ ਨੇ, ਇਹ ਬੇਸਿਕਲੀ ਇੱਕ ਲੀਗ ਨੂੰ ਟੂਰਨਾਮੈਂਟ ਤੋਂ ਮੁਮਤਾਜ਼ ਕਰਦੇ ਨੇ। ਅਸਲ ਇਹਦਾ ਸਿਲਸਿਲਾ ਇੱਕ ਆ ਰਹੀ ਹੈ ਕਿ ਜਿਹੜੇ ਓਨਰਸ ਨੇ ਉਹ ਟੀਮ ਨੂੰ ਲੌਂਗ ਟਰਮ ਲੈ ਕੇ ਚੱਲਣਗੇ। ਅਤੇ ਅੱਗੋਂ ਕੋਈ ਪਾਕਿਸ ਲਾਹੌਰ ਤੋਂ ਇਲਾਵਾ ਵੀ ਕਿ ਦੂਜੇ ਸ਼ਹਿਰਾਂ 'ਚ, ਜਿਸ ਤਰ੍ਹਾਂ ਸਾਡੇ ਸਰਗੋਧਾ 'ਚ ਬੜੀ ਮਕਬੂਲ ਹੈ, ਫੈਸਲਾਬਾਦ 'ਚ, ਗੁਜਰਾਤ 'ਚ, ਇੱਥੇ ਵੀ ਲੈ ਕੇ ਜਾਣ ਦਾ ਮੂਡ ਹੈ ਜਾਂ ਲਾਹੌਰ 'ਚ ਹੀ ਰੱਖੋਗੇ? ਜੀ ਦੂਜੇ ਇਹ ਬੜੀ ਅਹਿਮ ਤੁਸੀਂ ਗੱਲ ਕੀਤੀ ਹੈ। ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਕਿ ਬਾਕੀ ਲੀਗਾਂ ਹੋ ਰਹੀਆਂ ਹੁੰਦੀਆਂ ਨੇ, ਉਹਨਾਂ ਦਾ ਇੱਕ ਸੀਜ਼ਨ ਹੁੰਦਾ ਹੈ ਹਰ ਸਾਲ 'ਚ, ਸੁਪਰ ਕਬੱਡੀ ਲੀਗ ਦਾ ਵੀ ਇੱਕ ਸੀਜ਼ਨ ਹੀ ਹੋਣਾ ਹੈ ਸਾਲ 'ਚ। ਲੇਕਿਨ ਜਿਹੜੀ ਫਰਕ ਚੀਜ਼ ਹੈ ਉਹ ਹੈ ਕਿ ਹਰ ਕੁਆਟਰ 'ਚ, ਯਾਨੀ ਹਰ 3 ਮਾਹ ਬਾਅਦ ਸੁਪਰ ਕਬੱਡੀ ਲੀਗ ਇੱਕ ਮੇਲੇ ਦੀ ਸ਼ਕਲ ਅਖਤਿਆਰ ਕਰਕੇ, ਕਾਰਵਾਨ ਦੀ ਸ਼ਕਲ ਅਖਤਿਆਰ ਕਰਕੇ ਮੁਖਤਲਿਫ ਪਾਕਿਸਤਾਨ ਦੇ ਸ਼ਹਿਰਾਂ 'ਤੇ ਜਾਏਗੀ। ਸਾਡਾ ਪਹਿਲਾ ਸਟਾਪ ਜਿਹੜਾ ਹੈ ਉਹ ਫੈਸਲਾਬਾਦ ਹੈ, ਅਤੇ ਜੁਲਾਈ ਦਾ ਤੁਸੀਂ ਦੇਖੋਗੇ ਕਬੱਡੀ ਮੇਲਾ ਸਜੇਗਾ 3 ਰੋਜ਼ ਦਾ। ਉਹਦੇ 'ਚ ਜਿਹੜੀ ਕਬੱਡੀ ਏਸ਼ੀਅਨ ਸਟਾਈਲ ਹੈ ਉਹ ਵੀ ਹੋਏਗੀ, ਸਰਕਲ ਸਟਾਈਲ ਵੀ ਹੋਏਗੀ, ਠੀਕ ਹੈ ਜੀ। ਦੂਜਾ ਇਹ ਹੋ ਗਿਆ ਕਿ ਇਲਾਕੇ ਦੇ ਨਾਲ ਕਲਚਰ ਦੇ ਨਾਲ ਜੁੜੀ ਹੋਈ ਬਾਕੀ ਚੀਜ਼ਾਂ ਵੀ ਹੋਣਗੀਆਂ, ਲਾਈਕ ਸਟੇਜ ਥੀਏਟਰ ਬੜਾ ਮਸ਼ਹੂਰ ਹੈ ਫੈਸਲਾਬਾਦ ਦਾ, ਸ਼ੇਰੋ ਸ਼ਾਇਰੀ ਬੜੀ ਮਸ਼ਹੂਰ ਹੈ ਉੱਥੇ, ਕਬੱਡੀ ਦਾ ਜਿਹੜਾ ਕਲਚਰ ਵੀ ਬੜੀ ਮਸ਼ਹੂਰ ਬੜੇ ਮਸ਼ਹੂਰ ਨੇ, ਅਤੇ ਉਹ ਵੀ ਹੋਏਗਾ। ਅਤੇ ਬੇਸਿਕਲੀ ਇੱਕ ਫੈਮਿਲੀ ਕਾਰਨੇਵਲ ਦਾ ਸਿਲਸਿਲਾ ਹੋਏਗਾ ਜੇ ਸੁਪਰ ਕਬੱਡੀ ਲਈ ਪੂਰਾ ਸਾਲ 3-3 ਮਾਹ ਬਾਅਦ ਸਫ਼ਰ ਕਰੇਗੀ। ਅਤੇ ਜਦੋਂ ਇਸ ਤਰ੍ਹਾਂ ਸਿਲਸਿਲਾ ਹੋਏਗਾ ਤਾਂ ਮੇਰੇ ਖਿਆਲ 'ਚ ਪੂਰੇ ਪਾਕਿਸਤਾਨ 'ਚ ਜਿਹੜੇ ਆਵਾਮ ਨੇ, ਬ੍ਰਾਂਡਸ, ਉਹ ਸੀਜ਼ਨ 2 ਆਉਣ ਤੋਂ ਪਹਿਲਾਂ ਹੀ ਇਸ ਗੇਮ ਨਾਲ ਔਰ ਬਹੁਤ ਜ਼ਿਆਦਾ ਉਹਨਾਂ ਦੀ ਹੁਣ ਤੱਕ ਜਿੰਨੀ ਕੁ ਲੀਗ ਹੋਈ ਹੈ ਜਾਂ ਜ਼ਿਆਦਾ ਜਿਹੜਾ ਰਿਸਪੋਂਸ ਹੈ, ਤੁਸੀਂ ਕਿੰਨੇ ਕੁ ਖੁਸ਼ ਹੋ ਜਾਂ ਕਿਤਨੇ ਕੁ ਪੁਰਉਮੀਦ ਹੋ? ਮੈਂ ਬਹੁਤ ਜ਼ਿਆਦਾ ਪੁਰਉਮੀਦ ਇਸ ਵਾਸਤੇ ਹਾਂ ਕਿ ਪਹਿਲੀ ਬਾਤ ਹੈ ਕਿ ਓਪਨਿੰਗ ਸੈਰੇਮਨੀ 'ਚ ਵੀ ਮੈਂ ਤਕਰੀਰ 'ਚ ਇਹੀ ਕਿਹਾ ਸੀ ਕਿ ਜਿਹੜਾ ਸਿਲਸਿਲਾ ਟੂਰਨਾਮੈਂਟ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਹੀ, ਪਹਿਲਾ ਮੈਚ ਖੇਲਣ ਤੋਂ ਪਹਿਲਾਂ ਹੀ ਸਾਰੇ ਜਿਹੜੇ ਕੀ ਸਟੇਕ ਹੋਲਡਰਸ ਹੈ ਉਹ ਇਹਨੂੰ ਓਨ ਕਰ ਰਹੇ ਨੇ। ਉਹ ਕਿਹੜੇ ਸਟੇਕ ਹੋਲਡਰਸ ਨੇ? ਮੀਡੀਆ, ਤੁਸੀਂ ਭਾਈਆਂ ਨੇ ਇੰਨੀ ਜ਼ਿਆਦਾ ਪਜ਼ੀਰਾਈ ਦਿੱਤੀ ਹੈ। ਦੂਜਾ ਆ ਗਈ ਗਵਰਨਮੈਂਟ, ਪਬਲਿਕ ਸੈਕਟਰ, ਮਹਿਕਮਾ ਜ਼ਰਾਤ ਪੰਜਾਬ ਦੀ ਬਹੁਤ ਜ਼ਿਆਦਾ ਸਪੋਰਟ ਇਸ ਖੇਲ ਲਈ, ਪ੍ਰਮੋਸ਼ਨ ਲਈ ਸੀ। ਦੂਜੀ ਗੱਲ ਆ ਗਈ ਸਟੇਟ ਦਾ ਟੈਲੀਵਿਜ਼ਨ, ਉਹ ਵੀ ਲਾਈਵ ਟ੍ਰਾਂਸਮਿਸ਼ਨ ਦੇ ਰਿਹਾ ਹੈ। ਤੀਜਾ ਆ ਗਿਆ ਤੁਹਾਡਾ ਕਾਰਪੋਰੇਟ, ਉਹ ਵੀ ਤੁਸੀਂ ਦੇਖ ਰਹੇ ਹੋ ਕਿ ਟੀਮ ਓਨਰਸ ਦੇ ਤੌਰ 'ਚ, ਬਾਕੀ ਸਪੋਂਸਰ ਦੇ ਤੌਰ 'ਤੇ ਹੈ, ਅਤੇ ਪਜ਼ੀਰਾਈ ਤਾਂ ਹੈ। ਲੇਕਿਨ ਜਿਹੜੀ ਚੀਜ਼ ਮੈਂ ਅੰਡਰਲਾਈਨ ਕੀਤੀ ਸੀ ਉੱਥੇ ਵੀ, ਔਰ ਮੈਂ ਸਮਝਦਾ ਕਿ ਇਹ ਮੇਰੇ 'ਤੇ ਲਾਗੂ ਸਭ ਤੋਂ ਪਹਿਲੇ ਹੋਣਾ ਚਾਹੀਦੀ ਹੈ, ਉਹ ਇਹ ਹੈ ਕਿ ਜਿਸਨੂੰ ਕਹਿੰਦੇ ਨੇ ਕਾਮਯਾਬੀ, ਕਾਮਯਾਬੀ ਦਾ ਇੱਕ ਜ਼ਾਵੀਆ ਵੀ ਮੁਤੈਨ ਕਰਨਾ ਪੈਂਦਾ ਹੈ, ਉਹ ਇਹ ਹੋਣਾ ਚਾਹੀਦਾ ਮੇਰੇ ਖਿਆਲ 'ਚ, ਜਿਹੜੀ ਚੀਜ਼ ਅੱਗੇ ਚੱਲ ਕੇ ਬਾਕੀ ਸਾਰੀ ਇਕੋਨਮੀ ਨੂੰ, ਯੂਥ ਨੂੰ, ਨੌਜਵਾਨਾਂ ਨੂੰ ਫਾਇਦਾ ਪਹੁੰਚਾਏ, ਉਹੀ ਚੀਜ਼ ਮੇਰੇ ਖਿਆਲ 'ਚ ਕਾਮਯਾਬੀ ਹੈ। ਅੱਛਾ, ਮੈਂ ਤੁਹਾਨੂੰ ਇੰਟਰਵਿਊ ਦਾ ਸਟਾਰਟ 'ਚ ਕਿਹਾ ਸੀ ਕਿਉਂਕਿ ਮੇਰੀ ਜਿਹੜੀ ਵੈਬਸਾਈਟ ਹੈ ਉਹਦਾ ਨਾਂ ਤਾਬੀ ਲੀਗਸ ਹੈ, ਅਤੇ ਇੱਕ ਛੋਟੀ ਜਿਹੀ ਲੀਗ ਕਰਦੇ ਜਾਵਾਂ, ਇਸ ਤੋਂ ਬਾਅਦ ਤੁਸੀਂ ਤਾਂ ਨਾ ਕਿ ਰੈਸਲਿੰਗ ਦੀ ਲੀਗ ਕਿੰਨੇ ਦਿਨਾਂ ਬਾਅਦ ਕਰਾ ਰਹੇ ਹੋ? ਦੇਖੋ ਜੀ, ਸਟ੍ਰਾਬੇਰੀ ਸਪੋਰਟਸ ਮੈਨੇਜਮੈਂਟ ਜਿਹੜੀ ਹੈ ਉਹਨਾਂ ਦਾ ਇਹ ਕਬੱਡੀ ਲੀਗ ਦੇ ਇਲਾਵਾ 3 ਡਿਫਰੈਂਟ ਬਾਕੀ ਸਪੋਰਟਸ ਨੇ ਉਹਨਾਂ ਦੇ ਨਾਲ ਮੌਜਦੇ ਨੇ, ਜਿਹ 'ਚ ਪਹਿਲੇ ਰੈਸਲਿੰਗ ਆਉਂਦੀ ਹੈ ਜੀ, ਫਿਰ ਸਾਡੀ ਵਾਲੀਬਾਲ ਆਉਂਦੀ ਹੈ, ਔਰ ਲੇਟੈਸਟ ਇਜ਼ਾਫਾ ਫੁੱਟਬਾਲ ਦਾ ਹੈ।
ਤੇ ਜਿੰਨੇ ਵੀ ਸਾਡੇ ਭਾਈ ਫੈਡਰੇਸ਼ਨ ਦੇ ਸਦੂਰ ਨੇ ਉਹਨਾਂ ਦੇ ਨਾਲ ਬੈਠ ਕੇ ਸਲਾਹ ਕਰਕੇ ਅਸੀਂ ਇਸ ਸਾਲ ਇਸ ਕਬੱਡੀ ਲੀਗ ਦੇ ਬਾਅਦ ਅਗਲੀ ਲੀਗਾਂ ਵੀ ਸ਼ੁਰੂ ਕਰਨੀਆਂ ਨੇ, ਬਟ ਮੁਤਮੈਨ ਨਜ਼ਰ ਇਹੀ ਹੈ ਉਹ ਚੀਜ਼ ਕੀਤੀ ਜਾਏ ਜਿਹੜੇ ਅੱਗੇ ਚੱਲ ਕੇ ਮੀਡੀਆ ਦੀ ਪ੍ਰੋਡਕਟ ਬਣੇ। ਪਹਿਲੀ ਗੱਲ ਦੇਖੋ, ਗੱਲ ਇਹ ਹੈ ਕਿ ਮੈਂ ਥੋੜ੍ਹਾ ਜਿਹਾ ਅਗਰ ਤੁਹਾਡੀ ਇਜਾਜ਼ਤ ਨਾਲ ਇਹਦੀ ਮਾਰਕੀਟਿੰਗ ਦੀ ਨਾਲ ਬਾਤ ਗੱਲ ਕਰ ਲਿਆ ਕਿ ਕਿਉਂ ਇਨਡੋਰ ਕਿਉਂ ਕਰਾਈ ਜਾ ਰਹੀ ਹੈ, ਇਹਦੀ ਵੀ ਇੱਕ ਸਾਇੰਸ ਸੀ ਵਿੱਚ। ਉਹ ਬੇਸਿਕਲੀ ਇਹ ਹੈ ਕਿ ਤੁਸੀਂ ਪਹਿਲੇ ਇੱਕ ਚੀਜ਼ ਨੂੰ ਅਗਰ ਮਿਲੀਅਨਸ ਜਾਂ ਕਰੋੜਾਂ ਨਾਲ ਚੀਜ਼ ਨੂੰ ਮੁਤਾਰਫ ਕਰਾਉਣਾ ਹੈ ਕਿਸੇ ਨੂੰ, ਤਾਂ ਤੁਹਾਨੂੰ ਪਹਿਲੇ ਮੀਡੀਆ ਦੀ ਪ੍ਰੋਡਕਟ ਬਣਾਉਣਾ ਹੈ। ਮੀਡੀਆ ਦੀ ਕੁਆਲਿਟੀ ਕਲੋਜ਼ਡ ਇਨਵਾਇਰਮੈਂਟ ਲਾਈਟਸ ਆਰਟੀਫਿਸ਼ਲ ਨਾਲ ਬਿਹਤਰ ਆਉਂਦੀ ਹੈ, ਇਹ ਹਕੀਕਤ ਹੈ। ਜਿੰਨੇ ਵੀ ਮੈਨੂੰ ਕਾਲਾਂ ਕੰਗਰੈਚੁਲੇਟਰੀ ਮੈਸੇਜ ਆ ਰਹੇ ਨੇ, ਉਹ ਕਹਿੰਦੇ ਯਾਰ ਭਾਈ ਜੀ ਬੈਠੇ ਅਸੀਂ ਉੱਥੇ ਬਾਹਰ, ਉੱਥੇ ਪੀ ਟੀ ਵੀ ਸਪੋਰਟਸ ਦੀ ਟਰਾਂਸਮਿਸ਼ਨ ਆ ਰਹੀ ਹੈ ਅਤੇ ਬੈਠ ਕੇ ਦੇਖ ਕੇ ਪਹਿਲੀ ਵਾਰ ਬੜਾ ਮਜ਼ਾ ਆ ਰਿਹਾ ਹੈ ਕਿ ਸਾਨੂੰ ਵੀ ਕ੍ਰਿਕਟ ਦੀ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਇਹ ਸਾਹਮਣੇ ਦੇ ਵੇਖੀ ਜਾ ਰਹੀ ਹੈ। ਪਾਕਿਸਤਾਨ ਤੋਂ ਪਾਰ ਦਾ ਜਿਹੜਾ ਪੰਜਾਬ ਹੈ ਨਾ, ਉੱਥੋਂ ਬੜਾ ਅੱਛਾ ਰਿਸਪੋਂਸ ਆ ਰਿਹਾ। ਮਾਸ਼ਾਅੱਲਾ ਚਲੋ ਤੁਸੀਂ ਇਹ ਇਜ਼ਾਫਾ ਲੀ, ਤੁਸੀਂ ਵੀ ਇੱਕ ਲੀਕ ਕਰ ਦਿੱਤੀ ਹੈ ਜੀ। ਮੇਰੇ ਕੋਲ ਹੋਰ ਵੀ ਬਹੁਤ ਲੀਗਾਂ ਨੇ ਜੀ, ਆਲ ਦਾ ਬੈਸਟ। ਔਰ ਤੁਸੀਂ ਖਿਆਲਾਤ ਸੁਣੇ ਇਸ ਨੌਜਵਾਨ ਦੇ, ਨੌਜਵਾਨ ਆਦਮੀ ਹੈ ਔਰ ਅਜ਼ਾਇਮ ਬੜੇ ਤਗੜੇ ਨੇ, ਔਰ ਸਾਡੀ ਜਿਹੜੀਆਂ ਦੇਸੀ ਖੇਡਾਂ ਨੇ ਔਰ ਸਪੈਸ਼ ਸਭ ਤੋਂ ਵੱਧ ਕਿ ਫੁੱਟਬਾਲ ਨੂੰ ਵੀ ਦੀ ਲੀਗ ਵੀ ਲੈ ਕੇ ਆ ਰਹੇ ਨੇ, ਕਿਉਂਕਿ ਦੁਨੀਆ 'ਚ ਸਭ ਤੋਂ ਵੱਡਾ ਬੁਖਾਰ ਜਿਹੜਾ ਕ੍ਰਿਕਟ ਤੋਂ ਵੀ ਜ਼ਿਆਦਾ ਉਹ ਫੁੱਟਬਾਲ ਹੈ। ਪਾਕਿਸਤਾਨ 'ਚ ਟੈਲੈਂਟ ਬਹੁਤ ਹੈ ਬਟ ਸਟੋਰੀ ਜਿਹੜੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਔਰ ਇਨਸ਼ਾਅੱਲਾ ਤਾਲਾ ਬਹੁਤ ਜਲਦ ਇੱਕ ਹੋਰ ਨਵੀਂ ਸੈਲੀਬ੍ਰਿਟੀ ਨਾਲ, ਕਿਸੇ ਕ੍ਰਿਕਟਰ ਨਾਲ ਜਾਂ ਕਿਸੇ ਦਾਨਸ਼ਵਰ ਨਾਲ।